ਅਰੇ ਵੱਜਣੇ ਆਪਣੇ ਦਾ ਸਹੀ ਕਿਹਾ। ਜਿਹੜੀ ਮਾਂ ਨੇ ਪੁੱਤਾਂ ਨੂੰ ਜਨਮ ਦਿੱਤਾ ਹੈ ਉਸ ਮਾਂ ਨੂੰ ਤੇ ਚਿੱਤ ਯਾਦ ਨਹੀਂ ਤੇ ਤੁਸੀਂ ਕਹਿੰਦੇ ਬੱਚੇ ਮੰਗ ਦਿੱਤੇ ਹੈ ਕਿੱਥੇ ਕਿੱਥੇ ਮੰਗੇ ਨੇ ਮੇਰੇ ਪੁੱਤਰ। ਜਿਹੜਾ ਭਵਿੱਖ ਸੀ ਸਾਹਿਬਜ਼ਾਦਿਆਂ ਜਾਂ ਗੁਰੂ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਦਰਸਾਉਂਦੇ ਆਖਿਆ ਜੀਤਾ ਦੁਨੀਆਂਦਾਰ ਲੋਕਾਂ ਦੀ ਤਰ੍ਹਾਂ ਅੰਮ੍ਰਿਤਸਰ ਪਤਾ ਕੀ ਸੋਹਾਂ ਨਹੀਂ ਕਰ ਲਿਆ ਕਿਆ ਕੀ ਅੰਮ੍ਰਿਤਸਰ ਕੰਢੇ ਤੋਂ ਚੜੇਗੀ ਦੋ ਚਮਕੌਰ ਟੁੱਕਣਗੇ ਤੇ ਦੋ ਸਰਹੰਦ ਵੀ ਟੁੱਕਣਗੇ ਭਾਵੇਂ ਮੈਂ ਮੌਤ ਦੇ ਲੜ ਲਾ ਕੇ ਆਪਣੇ ਪੁੱਤਰਾਂ ਨੂੰ ਰੈਲੀ ਦੇਣੀ ਹੈ ਇਹ ਗੁਰੂ ਨਾਨਕ ਦੀ ਗੋਦ ਦਾ ਪਿਆਰ ਮੰਨਣਗੇ ਸੱਚਖੰਡ ਵਿੱਚ ਜਾ ਕੇ ਤੇ ਮੈਂ ਇਹਨਾਂ ਨੂੰ ਨਿਸ਼ਾਵਰ ਕਰਕੇ ਆਪਣਾ ਪਿਆਰਾ ਪੰਥ ਰੱਖਦਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕੁਰਬਾਨੀਆਂ ਦੀ ਗੱਲ ਚੱਲਦੀ ਹੈ। ਕਰਦਾ ਹਾਂ ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦਿੱਤਾ ਹੈ ਕਵੀ ਸ਼੍ਰੀ ਜਗਤ ਦੀ ਬੁਲੰਦ ਆਵਾਜ਼ ਗਿਆਨੀ ਮੇਜਰ ਸਿੰਘ ਗੇਲ ਸਭਰਾਵਾਂ ਵਾਲੇ ਗਿਆਨੀ ਮਨਪ੍ਰੀਤ ਸਿੰਘ ਸੈਲੋ ਵਾਲੇ ਔਰ ਮੇਰਾ ਭਜੰਗੀ ਹੈ ਸਰਦਾਰ ਸਾਹਿਬਜੀਤ ਸਿੰਘ ਗਿੱਲ। ਅੱਜ ਦੂਜੀ ਵਾਰ ਸਟੇਜ ਤੋਂ ਇਹਨੂੰ ਮੈਂ ਸੰਗਤ ਦੇ ਸਾਹਮਣੇ ਪੇਸ਼ ਕੀਤਾ ਹੈ। 5 ਤਰੀਕ ਨੂੰ ਮੇਰੇ ਪਿੰਡ ਸਭਰਾਵਾਂ 'ਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ। ਉਸ ਜੋੜ ਮੇਲੇ 'ਚ ਪਹਿਲੀ ਵਾਰ ਮੇਰੇ ਬੇਟੇ ਨੂੰ ਮੇਰੇ ਨਾਲ ਇੱਕ ਕਵਿਤਾ ਪੜ੍ਹੀ ਸੀ। ਸਤ ਸੰਗਤ ਜਿਵੇਂ ਮੈਂ ਛੋਟਾ ਜਿਹਾ ਆਪਣੇ ਬਾਪੂ ਦੀ ਉਂਗਲ ਫੜ ਕੇ ਤੁਰਿਆ ਔਰ ਤੁਸੀਂ ਮੈਨੂੰ ਅੰਤਾਂ ਦਾ ਪਿਆਰ ਦਿੱਤਾ ਹੁਣ ਅੱਗੇ ਵੀ ਸਾਡੀ ਰੀਝ ਅਤੇ ਸਾਡੀ ਤੀਜੀ ਪੀੜ੍ਹੀ ਵੀ ਤੁਹਾਡੀ ਖਿੰਦ